ਜੇ ਆਪਾਂ ਪਾਣੀ ਇਹ ਡੇਲੀ ਗੰਦਾ ਪੀ ਜਾਂਦੇ ਆ ਨਾ ਜਿੰਨੀ ਮਰਜ਼ੀ ਵਧੀਆ ਡਾਈਟ ਜਿੰਨੀ ਮਰਜ਼ੀ ਮਹਿੰਗੀ ਡਾਈਟ ਖਾ ਲਈਏ ਬਿਮਾਰੀਆਂ ਫਿਰ ਵੀ ਲੱਗ ਸਕਦੀਆਂ ਨੇ ਫਿਰ ਵੀ ਹਾਈ ਰਿਸਕ ਤੇ ਆਪਾਂ ਕਿਉਂਕਿ 70% ਤੁਹਾਡੀ ਬੋਡੀ ਦਾ ਹਿੱਸਾ ਪਾਣੀ ਆ ਪਾਣੀ ਸਾਫ਼ ਹੋ ਗਿਆ ਤਾਂ ਅੱਧੀਆਂ ਪ੍ਰੋਬਲਮ ਹੀ ਚੱਕੀਆਂ ਜਾਣਗੀਆਂ ਸਭ ਤੋਂ ਪਹਿਲਾਂ ਤੁਸੀਂ ਇੱਕ ਕੰਮ ਕਰਨਾ ਜੇ ਤੁਸੀਂ ਕੁਲੂ ਮਨਾਲੀ ਵੱਲ ਜਾਣੇ ਹੋ ਜਾਂ ਕਿਸੇ ਸਮੁੰਦਰ ਦੇ ਕਿਨਾਰੇ ਜਾਣੇ ਹੋ ਜਾਂ ਤੁਹਾਡੇ ਕੋਈ ਕੋਈ ਬੀਚ ਹੈਗੀ ਤੁਹਾਡੇ ਨੇੜੇ 15-20 ਉੱਥੋਂ ਬੱਟੀਆਂ ਚੱਕ ਕੇ ਲਿਆਓ ਜਿਨ੍ਹਾਂ ਨੂੰ ਮਿਨਰਲ ਸਟੋਨ ਕਹਿੰਦੇ ਆਪਾਂ ਉਹ ਜਿਹੜਾ ਤੁਸੀਂ ਡੇਲੀ ਪਾਣੀ ਪੀਣਾ ਜਿਹਦੇ ਵਿੱਚ ਤੁਸੀਂ ਇੱਕ ਕੰਟੇਨਰ 'ਚ ਦਿਨ 'ਚ ਪੀਣੇ ਵਾਲਾ ਪਾਣੀ ਰੱਖਦੇ ਹੋ ਉਹਦੇ ਵਿੱਚੋਂ ਬੱਟੀਆਂ ਸਿੱਡ ਦੇਣੀਆਂ ਨੇ ਉਹਨਾਂ ਦੇ ਥਰੂ ਤੁਹਾਨੂੰ ਮਿਨਰਲ ਆਉਣਗੇ ਟੇਸਟ ਵੀ ਤੁਹਾਡਾ ਐ ਬਣੂਗਾ ਜਿਵੇਂ ਕਿਸੇ ਪਹਾੜੀ ਝਰਨੇ ਦੇ ਉੱਤੋਂ ਤੁਸੀਂ ਪਾਣੀ ਪੀਂਦੇ ਹੋਮੂ ਕਿਉਂਕਿ ਪਾਣੀ ਦੇ ਵਿੱਚੋਂ ਨੇਚਰ ਤੁਹਾਨੂੰ ਮਿਨਰਲ ਆਉਣਗੇ ਤਾਂ ਹੀ ਤਾਂ ਪਹਾੜਾ ਵਾਲਾ ਪਾਣੀ ਇੰਨਾ ਬੋਤਲਾਂ 'ਚ ਪਾ ਪਾ ਕੇ ਮਹਿੰਗਾ ਵੇਚੀ ਜਾਂਦੇ ਨੇ ਜਿਹੜਾ ਆਪਾਂ ਨਾ ਆਪਣੀ ਰਸੋਈ ਦੇ ਵਿੱਚ ਜਾਂ ਘਰਾਂ ਦੇ ਵਿੱਚ ਪਲਾਸਟਿਕ ਦੀਆਂ ਬੋਤਲਾਂ ਵਰਤਦੇ ਆਂ ਪਲਾਸਟਿਕ ਦੇ ਭਾਂਡੇ ਵਰਤਦੇ ਆਂ ਇੱਕ ਸਟੱਡੀ ਨੇ ਸ਼ੋਅ ਕਰਿਆ ਕਹਿੰਦੇ ਜਿਹੜ ਜਿੰਨੇ ਕਿ ਨੇ ਪਲਾਸਟਿਕ ਅੰਦਰ ਲੈ ਲੈਂਦੇ ਨੇ ਕਿਉਂਕਿ ਹਰ ਇੱਕ ਪਲਾਸਟਿਕ ਦੇ ਭਾਂਡੇ ਦੇ ਥਰੂ ਥੋੜੀ ਬਾਡੀ ਦੇ ਵਿੱਚ ਮਾਈਕਰੋ ਪਲਾਸਟਿਕ ਆ ਰਹੀ ਹੈ